ਜਰ ਮੇਰੀ ਇੱਕ ਥਾਪੜ ਕੇ ਝਾਤਵਨੀਆਂ ਪੂਰੀ ਲ ਮੈਂ ਕੈਮਰੇ ਚ ਕਹਿਣਾ ਬਾਈ ਅੱਖਾਂ ਚ ਅੱਖਾਂ ਵਾ ਕੇ ਕੇਐਫਸੀ ਵਾਲੇ ਇੱਕ ਪਾਸੇ ਰੱਖ ਲੋ ਮੇਰੇ ਵਾਲੇ ਇੱਕ ਪਾਸੇ ਰੱਖ ਲੋ ਬਣਾਵਾਂਗੇ ਚਲੋ ਸਾਹਮਣੇ ਬਣਾਵਾਂਗੇ ਬੰਦੇ ਬੁਲਾ ਲਿਓ ਇੱਥੇ ਤੁਰੇ ਜਾਂਦੀ ਜਿਹਦੇ ਬੰਦੇ ਦਾ ਵੱਧ ਖਾ ਗੇ ਉਹ ਜਿੱਤ ਗਿਆ ਐਫਸੀ ਨੂੰ ਚੈਲੰਜ ਕਰਨ ਵਾਲੇ ਸ਼ਖਸ ਨੂੰ ਧਮਕੀਆਂ ਆ ਰਹੀਆਂ ਨੇ ਕੁਝ ਦੱਸੋ ਇੱਕ ਬੰਦਾ ਡਰਾਈਵਰ ਡਰਾਈਵਰੀ ਕਰ ਰਿਹਾ ਹੈ ਉਹ ਅੱਜ ਬੰਦਾ ਹੋਟਲ ਦਾ ਮਾਲਕ ਬਣਿਆ ਬੈਠਿਆ ਹੈ ਚਲੋ ਹੈ ਕਿਰਾਏ ਤੇ ਹੈ ਦਾ ਮਾਲਕੀਆਂ ਧਮਕੀਆਂ ਬਾਈ ਜਨ ਨਾਲ ਨਾਲ ਚੜਾਈ ਹੋਊਗੀ ਤੇ ਧਮਕੀਆਂ ਆਉਣਗੀਆਂ ਇੱਕ ਵਾਂ ਮਸ਼ੀਨ ਤਿਆਰ ਕਰੀਆ ਨਾ ਉਹ KFC ਕੋਲੇ ਆ ਨਾ McDonald's ਵਾਲਾ ਕੋਲੇ ਆ ਨਾ ਕਿਸੇ ਹੋਰ ਕੋਲੇ ਆ ਮੈਂ ਮਸ਼ੀਨ ਤਿਆਰ ਕਰੀਆ ਆਪਦੀ ਇੱਕ ਟੀਨ ਇੱਕ ਪਾਸੇ ਪੈਂਦਾ ਇੱਕ ਪਾਸੇ ਇੱਕ ਟੀਨ ਇੱਕ ਪੈਂਦਾ ਐਂ ਚਿਕਨ ਬਣ ਕੇ ਪ੍ਰੋਪਰ ਬਾਹਰ ਨਿਕਲਦਾ ਵਿਸਲ ਮਾਰ ਦਿੰਦੀ ਆ ਉਹ ਮੈਂ ਸੱਚ ਹੈ ਕਿ ਕਰਾਂਚੀ ਚਿਕਨ ਦਾ ਨਾਮ ਦੇਣ ਵਾਲੇ ਸੱਗੂ ਬਾਈ ਮੇਰੇ ਕੋਲ ਇੰਦਰ ਰਜਿਸਟ੍ਰੇਸ਼ਨ ਪਈ ਆ ਜੀ ਕਰਾਂਚੀ ਚਿਕਨ 2018 ਦੇ ਵਿੱਚ ਆਯਾਤ ਹੋਇਆ ਹੈ ਉਸ ਤੋਂ ਪਹਿਲਾਂ ਕਿਸੇ ਨੂੰ ਕਰਾਂਚੀ ਚਿਕਨ ਪਤਾ ਹੀ ਨਹੀਂ ਸੀਗਾ ਕ੍ਰਿਸਪੀ ਚਿਕਨ ਪਤਾ ਸੀ KFC ਚਿਕਨ ਦਾ ਗਾਲਾਂ ਕੱਢਣੀਆਂ ਪੈਂਦੀਆਂ ਨੇ ਸਹੀ ਕੰਮ ਨਹੀਂ ਕਰਕੇ ਹੁੰਦੇ ਬਾਈ ਜੀ ਵਿੱਚੀ ਗੰਦ ਬੰਦ ਛਿਛੜੇ ਛੋਸ਼ੜੇ ਗਰਦਨਾ ਸ਼ਰਦਨਾ ਸਭ ਵਿੱਚ ਪੋਟਾ ਕਲੇਜੀ ਖਾਣ ਯੋਗ ਨਹੀਂ ਹੁੰਦੀ ਧੂੰਦੇ ਵੀ ਨਹੀਂ ਵਿੱਚ ਭਾਦਦੇ ਲੱਗਦਾ ਸੱਗੂ ਬਾਈ ਨੂੰ ਇੱਕ ਟੈਂਪੂ ਨੇ ਇੱਕ ਵੱਡਾ ਨਾਮ ਦਿੱਤਾ ਬਾਈ ਜੀ ਮੈਂ ਰੇੜੀ ਵੀ ਲਾਈ ਆ ਮੈਂ ਖੋਖੇ ਚ ਵੀ ਖੜਿਆ ਮੈਂ ਇੱਕ ਕਮਰੇ ਚ ਵੀ ਕੰਮ ਕਰਿਆ ਮੇਰੇ ਘਰੇ ਪਿੰਡ ਅੱਜ ਮੈਂ ਹੋਰੇ ਆ KFC ਨੇ ਕੀਤਾ ਨਹੀਂਗਾ ਠੀਕ ਹੈ ਯੂ ਐਸ ਏ ਦਾ ਬ੍ਰਾਂਡ ਹੈ ਕੋਈ ਗੱਲ ਨਹੀਂ ਯੂ ਐਸ ਏ ਦਾ ਹੈ ਉਹ ਵੀ ਤਾਂ ਰੇੜੀ ਲਾਉਂਦਾ ਸੀ ਇਹਨਾਂ ਲੋਕਾਂ ਨੇ ਮੋਦੀ ਦੀਆਂ ਗੋਡੀਆਂ ਲਵਾਤੀਆਂ ਉਦੋਂ ਪਹਿਲਾਂ ਪਤਾ ਨਹੀਂ ਕਿਹਦੇ ਕਿਹਦੇ ਲਵਾਤੀਆਂ ਪੰਜਾਬੀ ਸ਼ੇਰ ਹੈ ਬੰਦਾ ਸ਼ੇਰ ਹੈ ਪੰਜਾਬੀ ਉਹ ਜਦੋਂ ਕੋਈ ਜੇ ਤਾਂ ਉਹ ਨੂੰ ਠੋਕਿਆ ਕੋਈ ਤਾਂ ਠੋਕੇ ਨਹੀਂ ਉਹ ਮਾਰ ਦੂ ਕਿਸਾ ਮੇਰੇ ਵੀ ਯਾਦ ਆ ਗਿਆ ਕਹਿੰਦੇ 에어ਪੋਰਟ ਦੇ ਵਿੱਚ ਉਹ ਪਹਿਲਾ ਇਨਸਾਨ ਹੈ ਜੋ ਖੜ ਕੇ ਆਇਆ ਸੀ ਪਰ ਉਹ ਆਫਰਾਂ ਆਉਂਦੀਆਂ ਨੇ ਸੱਗੂ ਬਾਈ ਦੇ ਬਹੁਤ ਚ ਬ੍ਰਾਂਚਾਂ ਵੀ ਨੇ ਜਿੱਥੇ ਉੱਥੇ ਅਜੇ ਆਫਰਾਂ ਵੀ ਆਉਂਦੀਆਂ ਹੋਣਗੀਆਂ ਪਰ ਉਹ ਸਵਾਦ ਬਾਈ ਜੀ ਮੈਨੂੰ ਕੈਨੇਡਾ ਤੋਂ ਆਫਰ ਆਈ ਦੀ ਹੈ ਇੰਗਲੈਂਡ ਤੋਂ ਆ ਰਹੀ ਹੈ ਨਿਊਜ਼ੀਲੈਂਡ ਤੋਂ ਆ ਰਹੀ ਹੈ ਆਸਟ੍ਰੇਲੀਆ ਤੋਂ ਆ ਰਹੀ ਹੈ ਪਰ ਮੈਂ ਉਹਦੇ ਬੱਚਿਆਂ ਨੂੰ ਛੱਡ ਕੇ ਕਿੱਥੇ ਜਾਵਾਂ ਮੇਰੇ ਬੱਚੇ ਛੋਟੇ ਨੇ ਬਾਈ ਇੱਕ ਡਰਾਈਵਰ ਦਾ ਸਵਾਦ ਕੀ ਹੋਵੇਗਾ ਇੰਨਾ ਬੇਬਾਕ ਕਿ ਜਿਸ ਦੀ ਚਰਚਾ ਹੋਵੇਗੀ ਦੇਸ਼ ਪਰ ਪਰ ਕੀ ਇਹ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਉਸ ਡਰਾਈਵਰ ਦਾ ਸਵਾਦ ਵੀ ਬਣ ਜਾਵੇਗਾ ਉਸ ਦੀ ਜਾਨ ਦਾ ਦੁਸ਼ਮਣ ਸਾਡੇ ਨਾਲ ਸੱਗੂ ਬਾਈ ਜੀ ਮੌਜੂਦ ਨੇ ਬਾਈ ਬਾਈ ਦੁਨੀਆ ਕਹਿੰਦੀ ਹੈ ਸੱਗੂ ਬਾਈ ਕਰੰਚੀ ਚਿਕਨ ਕਿਉਂ ਉਹ ਸਮਾਂ ਆ ਗਿਆ ਕਿਉਂਕਿ ਜੇਕਰ ਤੁਹਾਡੇ ਫਿਊਚਰ ਦੀ ਗੱਲ ਕੀਤੀ ਜਾਵੇ ਤਾਂ ਬੜੇ ਤੁਸੀਂ ਕਾਰਨਾਮੇ ਕਰੇ ਬਹੁਤ ਥੋੜਾ ਚਰਚਾ ਕਿਵੇਂ ਅੱਜ ਇੱਥੇ ਤੱਕ ਪਹੁੰਚੇ ਸਾਡੇ ਦਰਸ਼ਕਾਂ ਨੂੰ ਵੀ ਧਿਆਨ ਦਿਓ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਵੈਲਕਮ ਇੱਥੇ ਆਇਆਂ ਦਾ ਗੱਲ ਇਹ ਹੁੰਦੀ ਹੈ ਬਾਈ ਜੀ ਨਾਮ ਇੱਕ ਦਿਨ ਚ ਨਹੀਂ ਬਣਦਾ ਨਾਮ ਜਦੋਂ ਬਣਦਾ ਹੈ ਉਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਕਦੇ ਕਿੱਥੋਂ ਕਦੇ ਕਿੱਥੋਂ ਡਰਾਈਵਰੀ ਕਰਦੇ ਕਰਦੇ ਜਿਵੇਂ ਇੱਥੇ ਆਂ ਬ੍ਰਾਂਡ ਚਲੋ ਠੀਕ ਹੈ ਸੱਗੂ ਬਾਈ ਦਾ ਮਸ਼ਹੂਰ ਕਰਾਂਜੀ ਜਿਗਨਾਜ ਜਿਵੇਂ ਮੇਰਾ ਨਾਮ ਚੱਲਦਾ ਹੈ ਬਾਈ ਲਾਉਣ ਵਾਲਾ ਕੌਣ ਹੈ ਪਬਲਿਕ ਜੇ ਪਬਲਿਕ ਇਸੇ ਪਬਲਿਕ ਨੂੰ ਮੈਂ ਗਲਤ ਚੀਜ਼ ਜਾਂਦਾ ਕੀ ਗੱਲ ਬਾਈ ਲਾਉਂਦੇ ਇਹ ਨਹੀਂ ਲਾਉਂਦਾ ਸੀ ਕੋਈ ਇੰਨਾ ਚਿਕਨ ਮੈਂ ਕਦੇ ਖੁਦ ਆਪਨੀ ਸੋਚਿਆ ਸੀਗਾ ਵੀ ਚਿਕਨ ਦੇ ਵਿੱਚ ਇੰਨਾ ਬੰਦਾ ਕੋਈ ਮਸ਼ਹੂਰ ਹੋ ਸਕਦਾ KFC ਮੈਂ ਨਾ ਸੁਣਦਾ ਹੁੰਦਾ ਸੀਗਾ ਪਰ ਮੈਂ ਅੱਜ KFC ਨੂੰ ਚੈਲੰਜ ਕਰਦਾ ਮੈਂ ਚੈਲੰਜ ਕਰਦਾ KFC ਨੂੰ ਪਹਿਲਾਂ ਤੁਹਾਡੇ ਸਾਹਮਣੇ ਕਰਿਆ ਵੀ ਹੈ ਕਰਦਾ ਵੀ ਹਾਂ KFC ਨੂੰ ਚੈਲੰਜ ਕਰਦਾ ਵੀ ਮੇਰੇ ਨਾਲ ਦੀ ਆਈਟਮ ਤੁਸੀਂ ਕ੍ਰਿਸਪੀ ਬਣਾਉਣੇ ਹੋ ਮੈਂ ਗਰੰਟੀ ਬਣਾਉਣਾ ਜਿਹੜਾ ਕੋਈ ਖਾ ਕੇ ਦੇਖੋ ਬੰਦੇ ਬਲਾ ਲਾਂਗੇ ਜਿਹੜੇ ਤੁਸੀਂ ਨੇ ਸਦਰੇ ਤੁਸੀਂ ਸਦ ਲੋ ਜੀ ਦਾ ਵੱਧ ਖਾ ਕੇ ਉਹ ਜਿੱਤ ਗਏ ਇੱਕ ਥਾਪੜ ਕੇ ਕਹਿਨੇ ਆ ਬੰਦੇ ਨਹੀਂ ਚ ਕਰਦਾ ਜੀ ਕੇਐਫਸੀ ਨੂੰ ਚੈਲੰਜ ਕਰਨ ਵਾਲੇ ਸ਼ਖਸ ਨੂੰ ਧਮਕੀਆਂ ਆ ਰਹੀਆਂ ਨੇ ਤੁਸੀਂ ਦੱਸਿਓ ਧਮਕੀਆਂ ਬਾਈ ਜਦ ਨਾਲ ਨਾਲ ਚੜ੍ਹਾਈ ਹੋਊਗੀ ਤਾਂ ਧਮਕੀ ਤਾਂ ਆਉਣਗੀ ਚੜ੍ਹਾਈ ਦੇ ਨਾਲ ਨਾਲ ਬੰਦੇ ਨੂੰ ਕੀ ਨੂੰ ਨਹੀਂ ਹੁੰਦਾ ਵੀ ਅੱਜ ਇਹ ਇੱਥੇ ਸੀਗਾ ਇੱਕ ਬੰਦਾ ਡਰਾਈਵਰ ਡਰਾਈਵਰੀ ਕਰ ਰਿਹਾ ਉਹ ਅੱਜ ਬੰਦਾ ਹੋਟਲ ਦਾ ਮਾਲਕ ਬਣਿਆ ਬੈਠਿਆ ਚਲੋ ਹੈ ਕਿਰਾਏ ਦੇ ਹੈ ਦਾ ਮਾਲਕੀਆਂ ਮੇਰੇ ਹੱਥ ਜੱਸ ਆ ਗਿਆ ਮੈਂ ਕਿਹਾ ਸਿੱਖਿਆ ਨਹੀਂ ਕਿਸੇ ਤੋਂ ਖੋਹੀ ਨਹੀਂ ਇਹ ਚੀਜ਼ ਮੇਰੇ ਆਪ ਦੀ ਕੁਆਂਟੀਟੀ ਸਹੀ ਆ ਗਈ ਕੁਆਂਟੀਟੀ ਹੁੰਦੀ ਹੈਗੀ ਕਿਸੇ ਦੀ ਪਰਸਨਲ ਰੈਸਪੀ ਕਿਸੇ ਦੀ ਨਹੀਂ ਹੈਗੀ ਇਹ ਪਰਸਨਲ ਰੈਸਪੀ ਨਾ ਕਿਸੇ ਕੋਲ ਹੈਗੀ ਦੁਨੀਆ 'ਚ ਨਾ ਹੋਵੇ ਨਾ ਘਰੇ ਕੋਈ ਚੀਜ਼ ਉਗਾ ਸਕਦਾ ਨਾ اگਾਵੇ ਬਾਜ਼ਾਰੋਂ ਲੈਣਿਆਂ ਕੁਆਂਟੀਟੀ ਦਾ ਹਿਸਾਬ ਹੁੰਦਾ ਹੈ ਕੁਆਂਟੀਟੀ ਦਾ ਹਿਸਾਬ ਹੈ ਉਹਨੇ ਚੀਜ਼ ਪਾਤੀ ਉਹਦੇ ਨਾਲ ਸਹੀ ਬਣ ਜਾਂਦੀ ਹੈ ਉਹ ਸਾਡੇ ਕੋਲ ਹਿਸਾਬ ਆ ਗਿਆ ਉਹਨੂੰ ਰੈਸਪੀ ਲਾ ਲਓ ਉਹਨੂੰ ਜਿਹੜਾ ਕੁਝ ਮਰਜ਼ੀ ਲਾ ਲਓ ਜਿੱਦਾਂ ਵੀ ਤੁਸੀਂ ਲੈਣਾ ਹੋਵੇਂ ਲਾ ਸਕਦੇ ਹੋ ਇੱਕ ਗੱਲ 'ਚ ਕਿੰਨਾ ਸੱਚ ਹੈ ਕਿ ਕਰਾਂਚੀ ਚਿਕਨ ਦਾ ਨਾਮ ਦੇਣ ਵਾਲੇ ਸੱਗੂ ਬਾਈ ਨੇ ਬਿਲਕੁਲ ਮੇਰੇ ਕੋਲ ਅੰਦਰ ਰਜਿਸਟ੍ਰੇਸ਼ਨ ਪਈ ਹੈ ਜੀ ਕਰਾਂਚੀ ਚਿਕਨ 2018 ਦੇ ਵਿੱਚ ਆਯਾਤ ਹੋਇਆ ਹੈ ਉਸ ਤੋਂ ਪਹਿਲਾਂ ਕਿਸੇ ਨੂੰ ਕਰਾਂਚੀ ਚਿਕਨ ਪਤਾ ਹੀ ਨਹੀਂ ਸੀਗਾ ਕ੍ਰਿਸਪੀ ਚਿਕਨ ਪਤਾ ਸੀ KFC ਚਿਕਨ ਦਾ ਕਰਾਂਚੀ ਚਿਕਨ ਦਾ ਕਿਸੇ ਨੂੰ ਪਤਾ ਨਹੀਂ ਸੀਗਾ ਉਦੋਂ ਸੋਚ ਕੇ ਨਾਮ ਰੱਖਿਆ ਸੀਗਾ ਵੀ ਕਰਾਂਚੀ ਰੱਖੋ ਉਹ ਅਸੀਂ ਕਰਾਂਚੀ ਰੱਖ ਲਿਆ ਕਰਾਂਚੀ ਚਲੋ ਫੇਮਸ ਇਨਾ ਹੋ ਗਿਆ ਹੁਣ ਅੱਜਕੱਲ ਸੱਗੂ ਬਾਈ ਕਰਾਂਚੀ ਚਿਕਨ ਦੇ ਨਾਂ 'ਤੇ ਚੱਲਦਾ ਮੇਰਾ ਤੂੰ ਦਸੀ ਨਾ ਸੱਗੂ ਦਾ ਮੇਰਾ ਨਾਮ ਸੀਗਾ ਮੈਂ ਮਿਸਤਰੀ ਦਾ ਮੁੰਡਾ ਮੇਰਾ ਗੋਤ ਐ ਸੱਗੂ ਪੂਰਾ ਨਾਮ ਮੇਰਾ ਸੁਖਵਿੰਦਰ ਸਿੰਘ ਐ ਉਹ ਸੱਗੂ ਮੈਨੂੰ ਦੁਨੀਆ ਕਹਿੰਦੀ ਸੀਗੀ ਉਹ ਨਾਲ ਫਿਰ ਜਦੋਂ ਹੁਣ ਕਰਾਂਚੀ ਬਣਾਉਣ ਲੱਗੇ ਕਰਾਂਚੀ ਦਾ ਨਾਲ ਲੱਗਣੀ ਸੀਗਾ 22 ਲੋਕਾਂ ਨੇ ਲਾਤਾ ਵੀ 22 ਵਧੀਆ ਕੰਮ ਕਰਦਾ ਐ ਅੱਜ ਕੱਲ ਹਰ ਇੱਕ ਬੰਦਾ ਬਿਮਾਰ ਐ ਬਿਮਾਰ ਦੇ ਤੌਰ ਤੇ ਹਰ ਇੱਕ ਨੂੰ ਜਿਹਨੂੰ ਵੀ ਸ਼ੂਗਰ ਐ ਉਹਨੂੰ ਡਾਕਟਰ ਦੱਸਦਾ ਵੀ ਚਿਕਨ ਖਾ ਚਿਕਨ ਨਾਲ ਸ਼ੂਗਰ ਲੈਵਲ ਆ ਜਿਹੜਾ ਨਾਰਮਲ ਆ ਜਾਂਦਾ ਹੈਗਾ ਪਰ ਖਾਣ ਨੂੰ ਕਿਤੇ ਹੈ ਨਹੀਂ ਦੁਨੀਆ ਗਾਲਾਂ ਤਾਂ ਨਿਕਲਦੀਆਂ ਨੇ ਤੁਸੀਂ ਮੈਨੂੰ ਇਹ ਵੀ ਕਹੋਗੇ ਆ ਕਿ ਵੀ ਗਾਲਾਂ ਕੱਢਦਾ ਬੰਦਾ ਗਾਲਾਂ ਕੱਢਣੀਆਂ ਪੈਂਦੀਆਂ ਨੇ ਸਹੀ ਕੰਮ ਨਹੀਂ ਕਰਕੇ ਦਿੰਦੇ ਬਾਈ ਜੀ ਵਿੱਚੀ ਗੰਦ ਬੰਦ ਛਿਛੜੇ ਛੋਸ਼ੜੇ ਗਰਦਨਾ ਸ਼ਰਦਨਾ ਸਭ ਵਿੱਚ ਪੋਟਾ ਕਲੇਜੀ ਖਾਣ ਯੋਗ ਨਹੀਂ ਹੁੰਦੀ ਧੂੰਦੇ ਵੀ ਨਹੀਂ ਵਿੱਚ ਪਾਉਂਦੇ ਨੇ ਗੰਦ ਥੋੜੀ ਖਵਾਉਣਾ ਯਾਰ ਲੋਕਾਂ ਨੂੰ ਸਾਫ਼ ਕਰਕੇ ਖਵਾਓ ਸਿਰਕੇ ਨਾਲ ਧੋਕੇ ਬਣਾਉਣਿਆ ਸੀ ਚੀਜ਼ਾਂ ਸਿਰਕੇ ਨਾਲ ਧੋਕੇ ਜੋ ਚੀਜ਼ ਬਣਦੀ ਹੈ ਉਹ ਜਿਹੜੀ ਕੋਈ ਮਾੜੀ ਮੋਟੀ ਬਿਮਾਰੀ ਉਹ ਨਿਕਲ ਵੀ ਜਾਂਦੀ ਹੈ ਤਾਂ ਅਸੀਂ ਬਣਾ ਕੇ ਦਿੰਨੇ ਆ ਸਾਡੇ ਚੀਜ਼ਾਂ ਖਾਣ ਆਉਂਦੇ ਨੇ ਲੋਕ ਲੋਕਾਂ ਨੂੰ ਸਵਾਦ ਲ ਤਾਂ ਸਾਨੂੰ ਬਾਈ ਕਹਿੰਦੇ ਨੇ ਤਾਂ ਅਸੀਂ ਮਸ਼ਹੂਰ ਹੋ ਗਏ ਸਟੈਬਲਿਸ਼ ਹੋਣਾ ਹੈ ਇੱਕ ਦਿਨ ਚ ਹੀ ਸਟੈਬਲਿਸ਼ ਹੋਇਆ ਜਾਂਦਾ ਉਹਦੇ ਪਿੱਛੇ ਬਹੁਤ ਵੱਡੇ ਰਾਜ ਹੁੰਦੇ ਨੇ ਸਵੇਰੇ ਬੱਸ ਲੈ ਕੇ ਜਾਂਦਾ ਸੀ ਦੁਪਹਿਰੇ ਮੈਂ ਕੰਮ ਕਰਦਾ ਤੀਗਾ ਮੇਰੇ ਕੋਲ 1 ਮਿੰਟ ਟਾਈਮ ਨਹੀਂ ਹੁੰਦਾ ਸੀ ਰਾਤ ਨੂੰ 12 ਵਜੇ ਜਾ ਕੇ ਪੈਂਦਾ ਸੀ ਮੈਂ ਜਦੋਂ ਅੱਤ ਦੀ ਗਰੀਬੀ ਦੇਖੀ ਤਾਂ ਅੱਜ ਉਸ ਮਕਾਮ ਤੇ ਪਹੁੰਚੇ ਹੋ ਰੋਟੀ ਖਾਣ ਜੋਗੇ ਹੋਗੇ ਕਿਉਂਕਿ ਤੁਸੀਂ ਆਪ ਵੀ ਦੱਸਿਓ ਆਫ ਦੀ ਕੈਮਰਾ ਕਿ ਮੈਂ ਬਹੁਤ ਮਿਹਨਤ ਕਰੀਏ ਕੋਈ ਉਹ ਟਾਈਮ ਵੀ ਸੀ ਕਿ ਰੋਟੀ ਤੱਕ ਨਹੀਂ ਨਸੀਬ ਜੀ ਬਾਈ ਜੀ ਤੁਸੀਂ ਇੱਥੇ ਲਾਗੇ ਮੱਥਾ ਹੀ ਟੇਕਦੇ ਨੇਗੇ ਭਵਾਨੀਗੜ ਦੇ ਲਾਗੇ ਇੱਕ ਪਿੰਡ ਪੈਂਦਾ ਮੇਰੇ ਹੁਣ ਦਿਮਾਗ ਚੋਂ ਨਿਕਲ ਗਿਆ ਉੱਥੇ ਮਤਲਬ ਕਲਰ ਕੋਟ ਆ ਕਲਰ ਕੋਟ ਮੱਥੇ ਟਿਕਦੇ ਨੇ ਬੱਚਿਆਂ ਦੇ ਨਹੀਂ ਮਾਤਾ ਕਹਿੰਦੇ ਨਿਕਲੇ ਆਉਂਦੀ ਹੈਗੀ ਚਲੋ ਸਾਡੇ ਪਰਿਵਾਰੀ ਲੋਕ ਟੇਕਦਾ ਮੱਥਾ ਪਹਿਲੇ ਦਿਨੀ ਮੇਰੀ ਮਾਤਾ ਜੀ ਜਾਂਦੇ ਹੁੰਦੇ ਸਾਡੇ ਕੋਲੇ ਉੱਥੇ ਮੱਥਾ ਟੇਕਣ ਆਉਣ ਵਾਸਤੇ 300 ਰੁਪਏ ਨਹੀਂ ਸੀਗਾ ਕਿਸੇ ਮੇਰੇ ਯਾਰ ਦੋਸਤ ਤੋਂ ਲੈ ਕੇ ਮੱਥਾ ਟੇਕ ਕੇ ਆਇਆ ਸੀਗਾ ਅੱਜ ਠੀਕ ਹੈ ਮੇਰੀ ਰੋਜੀ ਰੋਟੀ ਚੱਲਦੀ ਹੈ ਇਹ ਤਾਂ ਨਹੀਂ ਕਿ ਮੈਂ ਕਰੋੜਾਂ ਰੁਪਏ ਜਮ੍ਹਾਂ ਕਰ ਲਿਆ ਮਸ਼ਹੂਰ ਹੋਣਾ ਇੱਕ ਲੱਗ ਚੀਜ਼ ਹੈ ਪੈਸਾ ਹੋਣਾ ਇੱਕ ਲੱਗ ਚੀਜ਼ ਹੈ ਮਸ਼ਹੂਰ ਹੋਣ ਨਾਲ ਬੰਦੇ ਕੋਲ ਪੈਸਾ ਨਹੀਂ ਆ ਜਾਂਦਾ ਮਸ਼ਹੂਰ ਹੋਊਗਾ ਬੰਦਾ ਇਹ ਨਹੀਂ ਹੈਗਾ ਵੀ ਉਹ ਚੀਜ਼ ਮਸ਼ਹੂਰ ਹੈ ਉਹਦੀ ਉਹਦੇ ਕੋਲ ਪੈਸੇ ਨਾਲ ਥੋੜੀ ਮਸ਼ਹੂਰ ਹੋਇਆ ਪੈਸੇ ਨਾਲ ਕੋਈ ਮਸ਼ਹੂਰ ਨਹੀਂ ਹੁੰਦਾ ਪੈਸੇ ਨਾਲ ਦੁਨੀਆ ਕੋਲੇ ਪੈਸਾ ਹੈ ਉਹ ਨਾ ਮਸ਼ਹੂਰ ਹੋਗੇ بڑے بڑے ਕਰੋੜਾਂ ਰੁਪਇਆ ਲਾ ਕੇ ਲੋਕ ਹੋਟਲ ਖੜੇ ਕਰਨੀ ਖੜੇ ਨੇਗੇ ਕਰੋੜਾਂ ਰੁਪਈਆ ਕੀ 10-10 20-20 ਕਰੋੜ ਅਰਬ ਰੁਪਈਆ ਲਾਇਆ ਲੋਕਾਂ ਨੇ ਪਰ ਅੱਜ ਲੱਗਦਾ ਸੱਗੂ ਬਾਈ ਨੂੰ ਇੱਕ ਟੈਂਪੂ ਨੇ ਇੱਕ ਵੱਡਾ ਨਾਮ ਦਿੱਤਾ ਇੱਕ ਟੈਂਪੂ ਤੋਂ ਸ਼ੁਰੂਆਤ ਹੋਈ ਸੀ ਪਰ ਅੱਜ ਦੇਸ਼ਾਂ ਵਿਦੇਸ਼ਾਂ 'ਚ ਸੱਗੂ ਬਾਈ ਸੱਗੂ ਬਾਈ ਹੁੰਦੀ ਹੈ ਕ੍ਰਾਂਚੀ ਜੀ ਕੈਨੇਡਾ ਬਾਈ ਜੀ ਮੈਂ ਰੇੜੀ ਵੀ ਲਾਈ ਹੈ ਮੈਂ ਖੋਖੇ 'ਚ ਵੀ ਖੜਿਆ ਮੈਂ ਇੱਕ ਕਮਰੇ 'ਚ ਵੀ ਕੰਮ ਕਰਿਆ ਮੇਰੇ ਘਰੇ ਪਿੰਡ ਅੱਜ ਮੈਂ ਹੋਰੇ ਆ ਚਲੋ ਲੋਕਾਂ ਨੇ ਮੇਰੇ ਤੇ ਅਰਜ਼ੀਆਂ ਲਾਈਆਂ ਪਿੰਡ ਮੇਰੇ ਦਾ ਫਾਇਦਾ ਕਰਤਾ ਮੈਂ ਇੱਥੇ ਆ ਗਿਆ ਨਹੀਂ ਮੈਂ ਲੈ ਨਹੀਂ ਸਕਦਾ ਦੀਾ ਹੋਟਲੇ ਕਰਾਇਤੇ ਬੇਸੇ ਬਚਪਨ ਤੋਂ ਕਿਵੇਂ ਕੋਈ ਘਰ ਦੇ ਵਿੱਚ ਚੈਫ ਸੀ ਇਹ ਕਿਦਾਂ ਜਿਹੜਾ ਸਵਾਦ ਲੋਕਾਂ ਦੇ ਇੰਨਾ ਮਨਪ੍ਰਿਤ ਕਰਤਾ ਨਹੀਂ ਜੀ ਮੇਰੇ ਘਰੇ ਕੋਈ ਚੈਫ ਨਹੀਂ ਸੀ ਕੋਈ ਉਹ ਨਹੀਂ ਸੀ ਸਾਨੂੰ ਤਾਂ ਇਹ ਨਹੀਂ ਪਤਾ ਅੰਗਰੇਜ਼ੀ ਚੈਫ ਨੂੰਂਦਾ ਕੀ ਹੈ ਸਾਨੂੰ ਇਹ ਨਹੀਂ ਪਤਾ ਸਾਡੇ ਸਿਰਫ ਕੀ ਹੈ ਗੱਲ ਖਾਣ ਦਾ ਸ਼ੌਂਕੀ ਸੀ ਮੈਂ ਖਾਣ ਦੇ ਸ਼ਕੀਨ ਮਤਲਬ ਸ਼ੌਂਕ ਨੇ ਅੱਜ ਮੈਨੂੰ ਇੱਥੇ ਲਿਆ ਮੇਰੇ ਅੰਦਰ ਕੀ ਕਲਾ ਸੀ ਉਹ ਕਹਿੰਦੇ ਨੇ ਹੌਲੀ-ਹੌਲੀ ਘਸਕੇ ਬੰਦੇ ਨੂੰ ਪਤਾ ਲੱਗਦਾ ਉਹ ਘਸਕੇ ਪਤਾ ਲੱਗਿਆ ਮੇਰੇ ਕਲਾ ਅੰਦਰ ਇਹ ਸੀ ਮਿਸਤਰੀ ਦਾ ਮੁੰਡਾ ਕੀ ਕਰਦਾ ਨਹੀਂ ਦੇਖਿਆ ਹੁਣ ਤੁਸੀਂ ਨੇ ਕੰਮ ਇਹ ਮੈਂ ਕਰਦਾ ਮਿਸਤਰੀਆਂ ਤੋਂ ਜਿਗਾਰ ਲਾਦੇ ਤਾਂ ਬਤੇਰੇ ਸੁਣਿਆ ਉਹ ਪਰ ਸਵਾਦ ਦੇ ਵਿੱਚ ਵੀ ਬੇਕਮਾਨ ਬਾਈ ਜੀ ਮੈਨੂੰ ਜਿਹੜਾ ਮਿਸਤਰੀ ਬਣਿਆ ਲੈ ਮੇਰਾ ਕੰਮ ਹੈ ਨਾ ਉਹ ਵੀ ਮੈਨੂੰ ਸਾਥ ਦੇ ਰਿਹਾ ਹੁਣ ਡਾਣ ਨਾਲ ਕਟਿੰਗ ਮੈਨੂੰ ਸਾਥ ਦਿੰਦੀ ਹੈ ਜੇ ਮੈਂ ਆਰੀ ਬੋਹਲਾ ਚਲਾਉਣ ਜਾਣ ਦਾ ਸੀਗਾ ਤਾਂ ਮੈਂ ਕਟਿੰਗ ਕਰਦਾ ਅੱਛਾ ਹੋਰ ਛੱਡੋ ਇੱਕ ਮਸ਼ੀਨ ਤਿਆਰ ਕਰੀਆ ਨਾ ਉਹ KFC ਕੋਲੇ ਹੈ ਨਾ ਮੈਕਡੋਨਲਡਰ ਵਾਲੇ ਕੋਲੇ ਹੈ ਨਾ ਕਿਸੇ ਹੋਰ ਕੋਲੇ ਹੈ ਮੈਂ ਮਸ਼ੀਨ ਤਿਆਰ ਕਰੀਆ ਆਪਦੀ ਇੱਕ ਟੀਨ ਇੱਕ ਪਾਸੇ ਪੈਂਦਾ ਹੈ ਇੱਕ ਪਾਸੇ ਇਕ ਟੀਨ ਇਕ ਪੈਂਦਾ ਐਂ ਚਿਕਨ ਬਣ ਕੇ ਪਰਪਰ ਬਾਹਰ ਨਿਕਲਦਾ ਬਿਸਲ ਮਾਰ ਦਿੰਦੀ ਆ ਉਹ ਜਦ ਲਾਈਟ ਬੰਦ ਹੋ ਜਾਂਦੀ ਆ ਤਾਂ ਕੇएफसी ਦਾ ਨਾਮ ਸੁਣ ਕੇ ਡਰਦੇ ਆ ਪਰ ਤੁਸੀਂ ਤਾਂ ਚੈਲੰਜ ਕਰ ਰਹੇ ਹੋ ਇੱਕ ਟੂ ਬਾਈ ਜੀ ਚੈਲੰਜ ਕਰੂੰਗਾ ਨਹੀਂ ਕੀ ਗੱਲ ਮੇਰੇ ਕੋਲ ਕਲਾ ਆ ਯਾਰ ਕੇएफसी ਵੀ ਕਰਦੀ ਕਿਸੇ ਨੂੰ ਚੈਲੰਜ ਕੇएफसी ਨੇ ਕੀਤਾ ਨਹੀਂਗਾ ਠੀਕ ਐ ਯੂ ਐਸ ਏ ਦਾ ਬ੍ਰਾਂਡ ਐ ਕੋਈ ਗੱਲ ਨਹੀਂ ਯੂ ਐਸ ਏ ਦਾ ਉਹ ਵੀ ਤਾਂ ਰੇੜੀ ਲਾਉਂਦਾ ਸੀ ਸਾਨੂੰ ਪਤਾ ਆ ਆਰਮੀ ਦੇ ਸਾਹਮਣੇ ਰੇੜੀ ਲਾਉਂਦਾ ਸੀਗਾ ਹਿਸਟਰੀ ਪੜ੍ਹੀ ਆ ਬਾਈ ਜੀ ਮੈਂ ਕੇएफसी ਵਾਲੇ ਦੀ ਉਹਦੇ ਸਾਹਮਣੇ ਰੇੜੀ ਲਾਉਂਦਾ ਹੁੰਦਾ ਸੀਗਾ ਆਰਮੀ ਦਾ ਡੰਪ ਹੁੰਦਾ ਸੀ ਉੱਥੇ ਕੈਂਪ ਲਾ ਲੋ ਡੰਪ ਲਾ ਲੋ ਜਿਹੜਾ ਕੁਝ ਮਰਜ਼ੀ ਲਾ ਲੋ ਯੂਐਸਏ ਦੇ ਵਿੱਚ ਉਹਦੇ ਸਾਹਮਣੇ ਰੇੜੀ ਲਾਉਂਦਾ ਸੀਗਾ ਰੇੜੀ ਲਾਉਂਦਾ ਚਲੋ ਉਹਦੇ ਵੀ ਹੱਥ ਲੱਗ ਗੀ ਰੈਸਿਪੀ ਰੈਸਿਪੀ ਕੋਈ ਮੇਰੇ ਹੱਥ ਲੱਗ ਗਈ ਉਹ ਵੀ ਬੰਦਾ ਚੱਲੇ ਆ ਮੈਂ ਵੀ ਚੱਲਿਆ ਚਲੋ ਮੈਨੂੰ ਫਰੋਤੀ ਦੀਆਂ ਕੌਲਾਂ ਆਉਂਦੀਆਂ ਰਹਿਗੀਆਂ ਆਉਣਗੀਆਂ ਬਾਈ ਬੰਦਾ ਸਟੈਬਲਿਸ਼ ਹੋਊਗਾ ਕੌਲਾਂ ਆਉਂਦੀਆਂ ਰਹਿਗੀਆਂ ਪਰ ਯਾਰ ਐ ਤਾਂ ਦੇਖ ਤਾਂ ਲਿਆ ਕਰੋ ਮੜਾ ਮੋਟਾ ਵੀ ਬੰਦੇ ਕੋਲੇ ਹੈ ਕੀ ਬੰਦਾ ਹੈ ਉਹਦਾ ਹੋਟਲ ਇਹਣਾ ਬਣਾ ਲੇ ਕਹਿੰਦਾ ਉਹਨਾਂ ਸੋਚੇ ਨਹੀਂ ਜਿੰਨਾ ਮੰਗ ਲਿਆ ਬਾਹਾਂ ਜੀ ਮੈਂ ਅੱਜ ਤੱਕ ਨਹੀਂ ਤਾਂ 10 ਲੱਖ ਇਕੱਠਾ ਦੇਖਿਆ ਮੇਰੇ ਤੋਂ 10 ਲੱਖ ਮੰਗਿਆ ਜਾ ਰਿਹਾ ਜੇ ਮੈਂ 10 ਲੱਖ ਦੇਖਿਆ ਨਹੀਂ ਮੈਂ ਦਊ ਕਿੱਥੋਂ ਲੋਨ ਕਰਾ ਕੇ ਦੇ ਦਾਂ ਸੁਣ ਕੇ ਹਾਸਾ ਵੀ ਆਉਂਦਾ ਉਹ ਕੀ ਕੰਮ ਲਿਆ ਇੰਨੇ ਤਾਂ ਹੈ ਵੀ ਬਾਈ ਜੀ ਹਾਸਾ ਤਾਂ ਆਊਗੀ ਵੀ ਮੈਂ ਲੋਨ ਕਰਾ ਕੇ ਦੇ ਦਾਂ ਜਾਂ ਕਿਸੇ ਤੋਂ ਫੜਕੇ ਦੇਵਾਂ ਦੇਖ ਫਿਰ ਅਸੀਂ ਇੱਥੇ ਵੀ ਤਾਂ ਆਉਣੇ ਆ ਜਰ ਹੁਣ ਕਰੀਏਗੀ ਜੇ ਹੁਣ ਡਰਾਈਵਰ ਵੀ ਛੱਡਤੀ ਮੈਂ ਤਾਂ ਹੁਣ ਮੈਨੂੰ ਵੀ ਕਹਿ ਰਹੇ ਤੈਨੂੰ ਡਰ ਨਹੀਂ ਲੱਗਦਾ ਡਰ ਤਾਂ ਸਭ ਨੂੰ ਲੱਗਦਾ ਹੈ ਲੱਗਦਾ ਕਿਉਂ ਨਹੀਂ ਮੌਤ ਤੋਂ ਡਰ ਤਾਂ ਲੱਗਦਾ ਹੈ ਸਭ ਨੂੰ ਪਰ ਕੰਮ ਦੀ ਮਜਬੂਰੀ ਹੈ ਬਾਈ ਰੋਟੀ ਕਿੱਥੋਂ ਕਮਾਵਾਂਗੇ ਆਉਣਾ ਪੈਂਦਾ ਤੇ ਕੰਮ ਕਰਨਾ ਹੈ ਬਾਈ ਅਸੀਂ ਜਾਂਦੇ ਵੀ ਆ ਆਉਣੇ ਵੀ ਆ ਸਭ ਕਰਨਾ ਹੈ ਉਹ ਜ਼ਿੰਦਗੀ ਦਾ ਇੱਕ ਰਸਤਾ ਦੇਖੋ ਹੀ ਹੁੰਦਾ ਹੈਗਾ ਲਾਈਫ ਹੈ ਲਾਈਫ ਦੇ ਵਿੱਚ ਜਿਹੜਾ ਕੁਝ ਹੁੰਦਾ ਉਹ ਸਭ ਕੁਝ ਹੀ ਹੁੰਦਾ ਹੈਗਾ ਜਿਹੜੀ ਸੋਡੇ ਨਾਲ ਜ਼ਿੰਦਗੀ ਜੀ ਬੀਤਦੀ ਹੈ ਉਹੀ ਮੇਰੇ ਨਾਲ ਬੀਤਦੀ ਹੈ ਅੱਜ ਫੇਰ ਘਰੋਂ ਨਿਕਲਣ ਵੇਲੇ ਡਰ ਨਹੀਂ ਲੱਗਦਾ ਕਦੇ ਕਿਉਂਕਿ ਅਸੀਂ ਦੇਖਿਆ ਤਸਵੀਰਾਂ ਚ ਤੁਸੀਂ ਬੱਚੇ ਆ ਬੱਚਿਆਂ ਨਾਲ ਕੰਮ ਕਰਦੇ ਹੋ ਦੋ ਪੁੱਤ ਨੇ ਤੁਹਾਡੇ ਤੁਸੀਂ ਢਾਬਾ ਚਲਾ ਰਹੇ ਡਰ ਨਹੀਂ ਲੱਗਦਾ ਕਿ ਕੱਲ ਨੂੰ ਕੋਈ ਉਰੇ ਆ ਕੇ ਕੋਈ ਕਾਮਲਾ ਨਾ ਕਰ ਦੇ ਬਾਈ ਮੈਂ ਡਰੂ ਕਿਉਂ ਬਾਈ ਯਾਰ ਸਿੰਘ ਬੰਦੇ ਆ ਯਾਰ ਡਰਾਂਗੇ ਕਿਉਂ ਬਾਈ ਜੀ ਪੰਜਾਬ ਚ ਜਨਮ ਲਿਆ ਹੈ ਪੰਜਾਬ ਚ ਜਿਹੜਾ ਵੀ ਕੋਈ ਜਨਮ ਲੈਂਦਾ ਹੈ ਨਾ ਉਹ ਐਵੇਂ ਨਹੀਂ ਲੈਂਦਾ ਉਹ ਜਿਹੜਾ ਨੀਲੀ ਛਤਰੀ ਵਾਲੇ ਬੈਠਿਆ ਹੁੰਦਾ ਜਿਹਦੇ ਪਿੱਛੇ ਸਿੰਘ ਲੱਗ ਗਿਆ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘੂ ਹੀ ਨਹੀਂ ਲਵਾਇਆ ਸੀ ਪਿੱਛੇ ਉਹਦਾ ਸਾਰੇ ਸ਼ੇਰ ਹੀ ਹੁੰਦੇ ਨੇ ਅੰਦਰੋਂ ਠੀਕ ਹੈ ਕਦੋਂ ਜਾਗਦਾ ਹੈ ਕੋਈ ਕਦੋਂ ਜਾਗਦਾ ਹੈ ਪੰਜਾਬੀਆਂ ਦੀ ਰਗਾਂ 'ਚ ਸ਼ੁਰੂ ਤੋਂ ਕਿਹਾ ਜਾਂਦਾ ਖੂਨ ਦੌੜਦਾ ਸ਼ੇਰਾਂ ਦਾ ਬਾਈ ਪੰਜਾਬੀਆਂ ਦਾ ਖੂਨ ਹੈ ਗਰਮ ਹੈ ਇਹਨਾਂ ਨੇ ਲੋਕਾਂ ਨੇ ਮੋਦੀ ਦੀਆਂ ਗੋਡੀਆਂ ਲਵਾਤੀਆਂ ਉਦੋਂ ਪਹਿਲਾਂ ਪਤਾ ਨਹੀਂ ਕਿਸ ਨੇ ਕਿਦਿਆਂ ਲਵਾਤੀਆਂ ਸਭ ਕੁਝ ਕਰੇ ਹੁੰਦੇ ਨੇ ਪੰਜਾਬੀ ਸ਼ੇਰ ਹੈ ਬੰਦਾ ਸ਼ੇਰ ਹੈ ਪੰਜਾਬੀ ਉਹ ਜਦੋਂ ਕੋਈ ਜੇ ਤਾਂ ਉਹ ਨੂੰ ਠੋਕ ਗਿਆ ਕੋਈ ਤਾਂ ਠੋਕੇ ਨਹੀਂ ਉਹ ਮਾਰ ਦੋ ਬੜੇ ਢੋਢੇ ਹਾਸੇ ਵਾਲੇ ਕਿਸੇ ਸੁਣੇ ਨੇ ਇੱਕ ਕਿੱਸਾ ਮੇਰੇ ਵੀ ਯਾਦ ਆ ਗਿਆ ਕਹਿੰਦੇ 에어ਪੋਰਟ ਦੇ ਵਿੱਚ ਉਹ ਪਹਿਲਾ ਇਨਸਾਨ ਆ ਜੋ ਖੜ ਕੇ ਆਇਤੀ ਕੀ ਚੱਕਰ ਹਾਂਜੀ 2003 ਦੇ ਵਿੱਚ 2003 ਦੀ ਦੀਵਾਲੀ ਨੂੰ ਮੈਨੂੰ ਬਾਹਰ ਸਜ਼ਾ ਹੋ ਗਈ ਮਲੇਸ਼ੀਆ ਚ ਮਲੇਸ਼ੀਆ ਸਜ਼ਾ ਹੋਈ ਚਲੋ ਸਜ਼ਾ ਕੱਟਣ ਤੋਂ ਬਾਅਦ ਮੇਰੀ ਮਦਰ ਨੇ ਇੱਥੋਂ ਟਿਕਟ ਪਾਤੀ ਉੱਥੇ ਮੰਗਾਉਂਦੀ ਟਿਕਟ ਲੈ ਗਈ ਟਿਕਟ ਮਂਗਾ ਕੇ ਉਹਨਾਂ ਨੇ ਭੇਜ ਤਾਂ ਸਾਨੂੰ ਦਿੱਤਾ 500 ਰੁਪਿਆ ਇੰਡੀਅਨ ਅਸੀਂ ਪਹਿਲਾਂ ਤਾਂ ਬੰਗਲਾਦੇਸ਼ ਉਹ ਉੱਤਰੀ ਆ ਕੇ ਜਿਹੜੀ ਜਹਾ ਅਸੀਂ ਬੰਗਲਾਦੇਸ਼ ਉਤਰਿਆ ਬੰਗਲਾਦੇਸ਼ ਤੋਂ ਜਿਹੜੇ ਜਹਾਜ਼ 'ਚ ਗਹਾਂ ਚੜ੍ਹੇ ਅਸੀਂ ਉੱਚ ਅਸੀਂ ਤਿੰਨ ਬੰਦੇ ਖੜੇ ਇੱਕ ਮੁੰਡਾ ਬੇਰਕੇ ਦਾ ਇੱਕ ਮੁੰਡਾ ਮਰੇਲਕੋਟ ਦੇ ਲਾਗੇ ਪਿੰਡ ਪੈਂਦਾ ਮਨ ਪਿੰਡ ਭੁੱਲ ਗਿਆ ਇੱਕ ਮੈਂ ਅਸੀਂ ਖੜਕੇ ਆਇਆ ਦੱਸੋ ਜਹਾਜ਼ 'ਚ ਕੁਝ ਹੋ ਸਕਦਾ ਦਿਵਾਲੀ ਤੋਂ ਇੱਕ ਦਿਨ ਪਹਿਲਾਂ 2003 'ਚ ਇਹ ਕਿੱਸੇ ਅੱਜ ਵੀ ਯਾਦ ਆਉਂਦੇ ਹੋਣਗੇ ਜਦ ਕਿਤੇ ਗੱਲ ਚੱਲਦੀ ਹੋਊਗੀ ਕਿਉਂਕਿ ਸੱਗੂ ਬਾਈ ਨੇ ਬਹੁਤ ਮਿਹਨਤ ਕਰੀ ਐ ਸਟਰਗਲ ਕਰੀ ਐ ਇੱਕ ਛੋਟੇ ਲੈਵਲ ਤੋਂ ਬਾਈ ਜੀ ਦੁਨੀਆ ਵੀ ਘੁੰਮਿਆ ਸਟਰਗਲ ਤਾਂ ਦੇਖੋ ਬੰਦੇ ਦੇ ਜ਼ਿੰਦਗੀ ਦੇ ਨਾਲ-ਨਾਲ ਤੁਰਦੀ ਹੈ। ਬੰਦੇ ਨਾਲ-ਨਾਲ ਤੁਰੂ ਸਟਰਗਲ ਜੇ ਬੰਦਾ ਸਟਰਗਲ ਕਰਦਾ ਰਹੂਗਾ ਉਹਦਾ ਬੰਦਾ ਕਾਮਯਾਬੀ ਹੋ ਜਾਂਦਾ ਹੈ। ਇਹ ਜੀ ਜੀ ਕਹਿੰਦੇ ਸੱਗੂ ਬਾਈ ਨੇ ਕੋਈ ਕੰਮ ਨਹੀਂ ਛੱਡਿਆ ਖਿਡਾਰੀ ਵੀ ਰਹਿਨੇ 2020 ਦੇ। ਬਾਈ ਜੀ ਖਿਡਾਰੀ ਵੀ ਰਹਾ ਕਬੱਡੀ ਦਾ ਖਿਡਾਰੀ ਵੀ ਰਹਾ ਕ੍ਰਿਕਟ ਦਾ ਵੀ ਰਹਾ 2020 10 ਨੇ ਸਾਈਡ 6th ਇੰਡੋਰ ਇਹਦੀਆਂ ਗੇਮਾਂ ਲਾਈਆਂ ਨੇ ਮੈਂ ਸਾਰੀਆਂ ਕ੍ਰਿਕਟ ਦੀਆਂ ਸਾਰੇ ਹਰਪਜਿੰਦਰ ਭਰਾ ਮੇਰਾ ਦੋਸਤ ਹੈ ਜਿਸ਼ੂ ਉਹਦੀ ਅਕੈਡਮੀ ਕੋਲ ਵੀ ਖੇਡਦਾ ਰਿਹਾ। ਜੋਗਰਾਜ ਅਕੈਡਮੀ ਵੱਲੋਂ ਖੇਡਦਾ ਰਿਹਾ ਪੰਚਕੂਲੇ ਵੱਲੋਂ ਖੇਡੇ ਆ ਸਾਰੇ ਕਿਤੇ ਗਿਆ ਨਾਸਿਕ ਨੂਸਿਕ ਸਭ ਖੇਡ ਕੇ ਆਇਆ ਇਹ ਹੁੰਦਾ ਚਲੋ ਸਮਾਂ ਉਹ ਪੋਲਿਟਿਕਲ ਸਮਾਂ ਹੈ ਪੋਲਿਟਿਕਲ ਬੰਦੇ ਨੂੰ ਚਾਹੀਦਾ ਹੈ ਪੋਲਿਟਿਕਲ ਦੇ ਵਿੱਚ ਜਦੋਂ ਬੰਦਾ ਆਊਗਾ ਜਾਂ ਕੋਈ ਹੋਊਗਾ ਪੋਲਿਟਿਕਲ ਬੈਕ ਹੋਣੀ ਜ਼ਰੂਰੀ ਹੈ ਜੇ ਕਿਸੇ ਅੱਗੇ ਵਧਣਾ ਹੈ ਕੋਈ ਸਪੋਰਟਸ ਦੇ ਵਿੱਚ ਇੰਨਾ ਸਟਰਗਲ ਕਰਿਆ ਪਰ ਕੋਈ ਸਿਰ ਮੱਥੇ ਨਾ ਲੱਗਣਾ ਉਸਨੂੰ ਕਿਵੇਂ ਬਾਈ ਜੀ ਮੇਰੇ ਕੋਲ ਹੁਣ ਵੀ ਸਪੋਰਟਸਮੈਨਾਂ ਦੀ ਮੈਂ ਇੱਜ਼ਤ ਕਰਦਾ ਮੇਰੇ ਕੋਲ ਸਪੋਰਟਸਮੈਨ ਆਉਂਦੇ ਨੇ ਖਾਨ ਚਿਕਨ ਹਰਿਆਣੇ ਤੋਂ ਵੀ ਆਉਂਦੇ ਨੇ ਖਾਨ ਪੰਜਾਬ ਤੋਂ ਵੀ ਆਉਂਦੇ ਨੇ ਦੇਖੋ ਜਿਹੜਾ ਬੰਦਾ ਸਪੋਰਟਸਮੈਨ ਆ ਉਹ ਚਿਕਨ ਉਹਨੂੰ ਖਾਣਾ ਹੀ ਪੈਂਦਾ ਖਾਂਦੇ ਵੀ ਨੇ ਬੜੀ ਇੱਕ ਹੋਰ ਗੱਲ ਯਾਦ ਆ ਗਈ ਮੇਰੇ ਅਸੀਂ ਦੇਖਿਆ ਜਦ ਐਂਟਰ ਹੋਈ ਤੁਹਾਡੀ ਰਸੋਈ ਦੇ ਵਿੱਚ ਲੋਕਾਂ ਦੀ ਰਸੋਈ ਦੇ ਵਿੱਚ ਲਿਖਿਆ ਹੁੰਦਾ ਅੰਦਰ ਜਾਣਾ ਮਨਾ ਪਰ ਤੁਹਾਡੇ ਲਿਖਿਆ ਤੁਸੀਂ ਆ ਕੇ ਜਾਓ ਬਾਈ ਕਿਉਂ ਨਹੀਂ ਦੇਖੋ ਮੈਂ ਗਲਤ ਕੰਮ ਕਰਦੀ ਨਹੀਂ ਮੇਰੀ ਰਸੋਈ ਦੇ ਵਿੱਚ ਲਿਖਿਆ ਹੋਇਆ ਹੈ ਵੀ ਸਾਡਾ ਕੋਈ ਵੀ ਗਾਹਕ ਸਾਡੀ ਰਸੋਈ ਦੇ ਵਿੱਚ ਆ ਕੇ ਸਾਨੂੰ ਕੰਮ ਕਰਦਿਆਂ ਚੈੱਕ ਕਰ ਸਕਦਾ ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਜਿਵੇਂ ਗਲਤ ਕਰੂੰਗਾ ਮੈਂ ਲਿਖੂੰਗਾ ਨਹੀਂ ਵੀ ਅੰਦਰ ਨਹੀਂ ਆਉਣਾ ਮਨਣਾਗਾ ਬਾਕੀ ਵੀ ਇਹ ਲਿਖਿਆ ਹੋਇਆ ਹੈ ਆਹ ਸੁਧਤਾ ਤੇ ਸਫਾਈ ਦੀ 100% ਗਾਰੰਟੀ ਹੋਰ ਛੱਡੋ ਮੈਂ ਹਰ ਇੱਕ ਨੂੰ ਕਹਿਣਾ ਦੁਨੀਆ ਮੇਰੇ ਕੋਲੇ ਆਉਂਦੀ ਹੈ ਵੀ ਜੇ ਮੇਰਾ ਸਵਾਦ ਹੈ ਤੇ ਵਧੀਆ ਹੈ ਮੈਨੂੰ ਪੈਸੇ ਦੇ ਕੇ ਜਾਇਓ ਬਾਈ ਨੇ ਮੈਨੂੰ ਪੈਸੇ ਦੇ ਦਿਓ ਅੱਜ ਬਾਹਰੋਂ ਆਫਰਾਂ ਆਉਂਦੀਆਂ ਨੇ ਸੱਗੂ ਬਾਈ ਦੇ ਬਹੁਤ ਚ ਬ੍ਰਾਂਚਾਂ ਵੀ ਨੇ ਜਿੱਥੇ ਉੱਥੇ ਅੱਜ ਆਫਰਾਂ ਵੀ ਆਉਂਦੀਆਂ ਹੋਣਗੀਆਂ ਬਾਹਰੋਂ ਸਵਾਦ ਬਾਈ ਜੀ ਮੈਨੂੰ ਕੈਨੇਡਾ ਤੋਂ ਆਫਰ ਆਈ ਦੀ ਹੈ ਇੰਗਲੈਂਡ ਤੋਂ ਆ ਰਹੀ ਹੈ ਨਿਊਜ਼ੀਲੈਂਡ ਤੋਂ ਆ ਰਹੀ ਹੈ ਆਸਟ੍ਰੇਲੀਆ ਤੋਂ ਆ ਰਹੀ ਹੈ ਪਰ ਮੈਂ ਮੇਰੇ ਬੱਚੇ ਨੂੰ ਛੱਡ ਕੇ ਕਿੱਥੇ ਜਾਵਾਂ ਮੇਰੇ ਬੱਚੇ ਉੱਥੇ ਜਾ ਕੇ ਵੀ ਕਰਾਂਗੇ ਕਦੇ ਕੰਮ ਇੰਟਰਨੈਸ਼ਨਲ ਬ੍ਰਾਂਡ ਵੀ ਇਹਨੂੰ ਬਣਾਵਾਂਗੇ ਪਹਿਲਾਂ ਚਲੋ ਇੰਨੀ ਸਾਨੂੰ ਹੋਣੀ ਸੀ ਵੀ ਸਾਡਾ ਇੱਥੇ ਤੱਕ ਕੰਮ ਪਹੁੰਚ ਜਾਊਗਾ ਹੁਣ ਤਾਂ ਸਾਨੂੰ ਵੀ ਲੱਗਦਾ ਹੈ ਬੀਸੀ ਲੱਜਾ ਸਕਦੇ ਆ ਜੇ ਕੇਐਫਸੀ ਆ ਜਾ ਸਕਦਾ ਕੀ ਗੱਲ ਕੋਈ ਹੋਰ ਨਹੀਂ ਜਾ ਸਕਦਾ ਠੀਕ ਆ ਉਹਦੇ ਜਿੰਨਾ ਨਹੀਂ ਜਾਵਾਂਗੇ ਥੋੜਾ ਮੋਟਾ ਤਾਂ ਜਾਵਾਂਗੇ ਯਾਰ ਲੈਵਲ 'ਚ ਪੰਜਾਬ 'ਚ ਨਾਮ ਕਰ ਲਿਆ ਹਰਿਆਣਾ 'ਚ ਕਰ ਲਿਆ ਹਿਮਾਚਲ 'ਚ ਕਰ ਲਿਆ ਰਾਜਸਥਾਨ 'ਚ ਕਰ ਲਿਆ ਦਿੱਲੀ ਤੱਕ ਦੀ ਦੁਨੀਆ ਖਾਣ ਆਉਂਦੀ ਆ ਮੇਰੇ ਕੋਲੇ ਸਵਾਦ ਨੂੰ ਆਉਂਦੀ ਹੈ ਜੇ ਉੱਥੋਂ ਆ ਸਕਦੇ ਨੇ ਜੇ ਮੈਂ ਉੱਥੇ ਬ੍ਰਾਂਚ ਖੋਲ੍ਹੂ ਉੱਥੇ ਹੀ ਹੋਣਗੇ ਅੱ ਹੁੰਦੋ ਹੀ ਆ ਬਾਈ ਜੇ ਸਵਾਲ ਆ ਯਾਰ ਤਕੌਲਾ ਵੀ ਆਉਣੀਆਂ ਜੋ-ਜੋ ਥੋੜੀ ਚੜ੍ਹਾਈ ਹੋਊਗੀ ਤਾਂ ਯਾਰ ਤੁਹਾਡੇ ਨਾਲ ਨਾਲ ਬੀਤੂਗਾ ਕੁਛ ਨਾ ਕੁਛ। ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਲਗਾਤਾਰ ਕਿਉਂਕਿ ਫਰੋਤੀ ਦੀਆਂ ਜਿਹੜੀਆਂ ਕੌਲ ਆ ਰਹੀਆਂ ਨੇ। ਬਾਈ ਜੀ ਮੈਨੂੰ ਡਟ ਕੇ ਕੰਮ ਕਰਨ ਦਿਓ ਪੰਜਾਬ ਦਾ ਨਾਮ ਰੋਸ਼ਨ ਕਰਨ ਦਿਓ। ਮੈਂ ਤਾਂ ਇਹੀ ਕਹਿਣਾ ਮੇਰੇ ਕੋਲ ਦੇਣ ਦੂਣ ਨੂੰ ਕੁਛ ਨਹੀਂਗਾ। ਮੇਰੇ ਖਾਤਿਆਂ 'ਚ ਕੁਛ ਨਹੀਂਗਾ। ਮੇਰਾ ਆਹੀ ਯਾਰ ਰੋਟੀ ਜੀ ਰੋਟੀ ਐ ਰੋਟੀ ਕਮਾਉਣਿਆਂ ਰੋਟੀ ਖਾਣਿਆਂ। ਬਸ ਰੋਟੀ ਖਾਣ ਜੋਗਰਾ ਮੈਨੂੰ ਰਹਿਣ ਦਿਓ। ਐਵੇਂ ਕੀ ਤੁਸੀਂ ਬਾਹਰ ਜਾਓ ਕੋਈ ਗੱਲ ਨਹੀਂ। ਮੇਰੇ ਬੱਚੇ ਕਮਾ ਲਣਗੇ ਬੱਚਿਆਂ ਨੂੰ ਮਾਰ ਦੂੰਗਾ ਭਾਈ ਫਿਰ ਮੇਰੇ ਪਿੱਛੇ ਕੋਈ ਹੈ ਹੀ ਨਹੀਂ ਆਪਣਾ ਸਾਫ਼ ਜੀ ਗੱਲ ਹੈ ਭਾਈ ਹੱਥ ਬਨ ਕੇ ਬੇਨਤੀ ਹੈ ਵੀ ਇਹੋ ਜੇ ਕੰਮ ਕਰਨ ਤੋਂ ਪਹਿਲਾਂ ਯਾਰ ਬੰਦੇ ਬਾਰੇ ਪਤਾ ਕਰਿਆ ਕਰੋ ਜਾਣਿਆ ਕਰੋ ਵੀ ਬੰਦੇ ਕੋਲੇ ਕੀ ਆ ਯਾਰ ਮੈਂ 4 ਸਾਲ ਪਹਿਲਾਂ ਯਾਰ 2 ਸਾਲ ਪਹਿਲਾਂ ਮੈਂ ਡਰਾਈਵਰੀ ਕਰਦਾ ਸੀਗਾ ਲਾਕਡਾਊਨ 'ਚ ਮੈਂ ਉਦੋਂ ਡੁੱਬ ਗਿਆ ਫਿਰ ਮੈਂ ਚਿਕਨ ਦਾ ਕੰਮ ਖੋਲ ਲਿਆ ਚਲੋ ਕਾਮਯਾਬ ਹੋ ਗਿਆ ਕਾਮਯਾਬੀ ਦੇ ਨਾਲ ਇਹ ਥੋੜੀ ਮੇਰੇ ਕੋਲ ਪੈਸੇ ਆ ਗਏ ਮੈਂ ਤਾਂ ਪਹਿਲਾਂ ਕਹਿਣਾ ਇਹ ਦੇ ਲਾਕਡਾਊਨ ਦੇ ਵਿੱਚ ਲੋਕਾਂ ਦਾ ਕੰਮ ਖਰਾਬ ਤਾਂ ਹੋਇਆ ਪਰ ਪਹਿਲੇ ਤੋਂ ਡਾ ਬਣੇ ਹਾਂ ਭਾਈ ਇਹ ਕਹਿ ਸਕਦੇ ਆਪਾਂ ਮੈਂ ਪਹਿਲਾ ਸਖਸ਼ ਆ ਸੈਦ ਆਪਣੇ ਜ਼ਿਲ੍ਹੇ ਦਾ ਲਾ ਲੋ ਬਾਕੀ ਮੈਂ ਤਾਂ ਕਦੇ ਦੇਖਿਆ ਨਹੀਂ ਕੋਈ ਹੋਰ ਆ ਮੈਂ ਕੰਮ ਜਾਵਾਂ ਹਾਂ ਬਾਈ ਮੈਨੂੰ ਲੋਕਡਾਊਨ ਨੇ ਕਾਮਯਾਬੀ ਦਿੱਤੀ ਹੈਗੀ ਮੈਂ ਕਹਿਣਾ ਇਹ ਗੱਲ ਦੁਬਾਰਾ ਤਾਂ ਨਹੀਂ ਠੀਕ ਤੇ ਕਿਤੇ ਲੋਕਡਾਊਨ ਉਹ ਸਾਰੀ ਦੁਨੀਆ ਨੂੰ ਖੜਾਉਣ ਵਾਲਾ ਮੈਂ ਕੌਣ ਆ ਬਾਈ ਉਹ ਰੱਬ ਖੜਾਉਂਦਾ ਜਦੋਂ ਖੜਾਉਂਦਾ ਹੈਗਾ ਚਾਹੇ ਮੰਤਰੀ ਸੰਤਰੀ ਖੜਾਉਂਦੇ ਨੇਗੇ ਪੰਜਾਬ ਹਿੰਦੁਸਤਾਨ ਬਹੁਤ ਟਾਈਮ ਬਾਈ ਬਹੁਤ ਇਹ ਗੱਲਾਂ ਨਾਲ ਪਿੱਛੇ ਵਗ ਗਿਆ ਅੱਜ ਤੱਕ ਕਹਿਣਾ ਸਾਰੀ ਚੀਜ਼ ਅੱਗੇ ਜਾਵੇ ਅਸੀਂ ਵੀ ਨਾ ਮੈਂ ਵੀ ਨਾ ਜਾਵਾਂ ਬਈ ਬਾਹਰ ਜਿਹੜੀਆਂ ਚੀਜ਼ਾਂ ਹੋਏ ਯਾਰ ਹੁਣ ਨਾ ਹੋਣ ਆ ਕੋਲਾ ਕੋਲਾ ਨਾ ਹੁਣ ਮੇਰਾ ਬਾਹਰ ਜਾਣ ਨੂੰ ਜੀ ਕਰੂਗਾ ਮੈਂ ਤਾਂ ਪਿੰਡ 'ਚ ਰਹਿ ਕੇ ਰਾਜੀ ਆ ਮੇਰਾ ਜਨਮ ਮੇਰੇ ਪਿੰਡ ਦਾ ਹੈ ਮੈਂ ਉੱਥੇ ਹੀ ਰਹੂੰਗਾ ਲੋਕਾਂ ਨਾਲ ਉਹ ਲੋਕਾਂ ਨੂੰ ਹਜੇ ਮੇਰੇ ਪਿੰਡ ਮੇਰੇ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ ਵਿੱਚ ਕਲਾ ਕੀ ਹੈ ਲੋਕਾਂ ਨੂੰ ਦੂਜਿਆਂ ਨੂੰ ਪਤਾ ਹੈ ਬਾਹਰਲੇ ਪਿੰਡ ਵਾਲਿਆਂ ਨੂੰ ਤੇ ਨਾਮ ਸੁਣ ਕੇ ਪਿੰਡ ਵਾਲੇ ਦੇਖਦੇ ਤਾਂ ਹੋਣਗੇ ਕਿ ਸੱਗੂ ਬਾਈ ਦਾ ਨਾਮ ਵਿਦੇਸ਼ਾਂ ਵਿੱਚ ਬੋਲਦਾ ਹੈ ਬਾਈ ਉਹਨਾਂ ਨੂੰ ਪਤਾ ਵੀ ਉਹ ਨਾਮ ਦਾ ਬੋਲਦਾ ਹੈ ਪਰ ਉਹਨਾਂ ਨੂੰ ਇਹੀ ਆ ਉਹੀ ਨਿਗਾਹ ਮੇਰਾ ਨਿੱਕਾ ਨਿਕਨੇਮ ਪਿੰਡ ਦੇ ਵਿੱਚ ਨਿੱਕਾ ਹੈ ਲੋਕ ਉਹੀ ਨਾਮ ਹੈ ਨਿੱਕਾ ਹੈ ਉਹੀ ਮਿਸਤਰੀ ਦਾ ਮੁੰਡਾ ਹੈ ਪਰ ਦੂਜੇ ਬੰਦੇ ਨੂੰ ਪਤਾ ਲੱਗਦਾ ਜੇ ਮੈਂ ਹੁਣ ਤੁਸੀਂ ਨਾ ਸੁਣ ਕੇ ਆਏ ਹੋ ਮੇਰਾ ਤੁਸੀਂ ਨਾਮ ਸੁਣਿਆ ਪਹਿਲਾਂ ਤੁਸੀਂ ਨਾਮ ਤਾਂ ਚਰਚੇ ਵੀ ਸੁਣੇ ਨੇ ਤੁਹਾਡੇ ਬਾਈ ਚਰਚੇ ਵੀ ਤਾਂ ਹੀ ਹੋਣਗੇ ਜੇ ਬੰਦੇ ਕੋਲ ਕਲਾ ਹੋਊ ਕਲਾ ਤੋਂ ਬਿਨਾਂ ਚਰਚੇ ਵੀ ਨਹੀਂ ਹੁੰਦੇ ਤੁਸੀਂ ਬਾਈ ਮੈਕ ਲੈ ਕੇ ਬੈਠੇ ਹੋਗੇ ਸੋਦੇਂਦਰ ਕਲਾ ਹੈ ਤੁਸੀਂ ਪੜ੍ਹਾਈ ਵੀ ਕੀਤੀ ਜਰਨਲਿਜ਼ਮ ਦੀ ਜੇ ਪੜ੍ਹਾਈ ਕੀਤੀ ਸੋਦੇਂਦਰ ਕਲਾ ਦੀ ਜਰਨਲਿਸਟ ਬਹੁਤ ਨੇ ਕੀਤੀ ਹੈ ਕਲਾ ਕਿਸੇ ਕਿਸੇ ਅੰਦਰ ਹੁੰਦੀ ਹੈ ਵੀ ਉਸ ਚੀਜ਼ ਨੂੰ ਉਸ ਲਾਈਨ ਦੇ ਵਿੱਚ ਪੈਣਾ ਮੈਂ ਬਹੁਤ ਬਹੁਤ ਲੇਟ ਹੋ ਗਿਆ ਜ਼ਿੰਦਗੀ ਤੋਂ ਬਾਈ ਬਹੁਤ ਲੇਟ ਪਿਆ ਆਏ ਕੰਮ ਦੇ ਵਿੱਚ ਆ ਕੇ ਸ਼ਾਇਦ ਥੋੜਾ ਜਿਹਾ ਟਾਈਮ ਪਹਿਲਾਂ ਪਾ ਜਾਂਦਾ ਅੱਜ ਤੋਂ ਬਹੁਤ ਦੂਰ ਹੁੰਦਾ ਥੋੜਾ ਬਾਈ ਪਤਾ ਲੱਗਦਾ 10 ਦਾ ਬ੍ਰਾਂਡ ਆ ਦੱਸੂਗਾ ਉਹ ਨਾਲੇ ਸਮੇਂ ਦੇ ਵਿੱਚ ਛੋਟ ਥੋੜੇ ਸਮੇਂ ਦੇ ਵਿੱਚ ਸੁਣੋ ਦੁਕਾਨਾਂ ਦੇ ਉੱਤੋਂ ਜਿਵੇਂ ਐਮ ਐਂ ਡੀ ਐਚ ਦੀ ਪੈਕਿੰਗ ਮਿਲਦੀ ਆ ਨਾ ਜਿਹੜਾ ਘਰੇ ਦੇ ਮਸਾਲੇ ਮੇਰਾ ਮਸਾਲਾ ਬਾਈ ਗਰਮ ਖਾ ਕੇ ਦੇਖਿਓ ਪਤਾ ਲੱਗੂਗਾ ਦੱਸੂਗਾ ਸਬਜ਼ੀ ਦੇ ਵਿੱਚ ਪਾਇਓ ਇੱਕ ਚੁਟਕੀ ਵਾਧੂ ਹੈ ਐਮ ਡੀ ਐਚ ਨੂੰ ਮੈਂ ਨਹੀਂ ਕਹਿੰਦਾ ਮਾੜਾ ਨਹੀਂ ਕਹਿੰਦਾ ਪਰ ਚੰਗੀ ਚੀਜ਼ ਦਿੰਦਾ ਉਹ بگੜੀਆਂ ਦੁਕਾਨਾਂ ਤੇ ਸਾਡੇ ਵੀ ਆਉਣਗੇ ਕਿਉਂਕਿ ਬਾਈ ਹਿੰਦੁਸਤਾਨ ਹੈ ਇਹਦੇ ਕਾਗਜ਼ ਬੜੇ ਕੰਪਲੀਟ ਕਰਨੇ ਪੈਂਦੇ ਨੇ ਪਹਿਲਾਂ ਜੇ ਤੁਸੀਂ ਮਾਰਕੀਟ 'ਚ ਉਤਰਨਾ ਹੈ ਲੱਗੇ ਹੋਇਆ ਕਾਗਜ਼ ਕੰਪਲੀਟ ਕਰਨਾ ਪਰ ਉਹ ਬਾਈ ਬਰੋਦੀ ਦਾ ਹੋਣ ਕੀ ਨਾਲ ਦੀ ਨਾਲ ਬਾਈ ਉਹ ਮਗਰਮੱਛ ਨੇ ਅਸੀਂ ਹਜੇ ਕੋਈ ਨਹੀਂ ਪਰ ਅਸੀਂ ਉਹ ਮਗਰਮੱਛ ਨਹੀਂ ਬਣਦੇ ਵੀ ਕਿਸੇ ਨੂੰ ਖਾ ਕੇ ਢ ਘਾਰ ਮਾਰਾਂਗੇ ਉਹ ਚੀਜ਼ ਨਹੀਂ ਬਣਦੇ ਅਸੀਂ ਅਸੀਂ ਤਾਂ ਕਿਸੇ ਨੂੰ ਕੰਮ ਦਿੰਨੇ ਆ ਮੇਰੇ ਕੋਲ ਤਾਂ ਹਜੇ ਕੰਮ ਵਾਲੀ ਨਹੀਂ ਕੋਈ ਸਮੁੰਦਰ 'ਚ ਛਾਲ ਲਗਾਈਆ ਜਲਦੀ ਤੇ ਰਾਕੀ ਵੀ ਬਣ ਜਾਵਾਂਗੇ ਬਾਈ ਜੇ ਜਦੋਂ ਕਿਸੇ ਵੀ ਕੰਮ ਦੇ ਵਿੱਚ ਪਈਏ ਨਾ ਫੀਲਡ ਦੇ ਵਿੱਚ ਪਈਏ ਕਿਸੇ ਨੂੰ ਪਹਿਲੇ ਦਿਨ ਕੋਈ ਨਹੀਂ ਪਤਾ ਹੁੰਦਾ ਹੌਲੀ 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 ਮੈਨੂੰ ਐ ਨਹੀਂ ਪਤਾ ਚਿਕਨ ਲੈਣਾ ਕਿੱਥੋਂ ਆ ਜਦੋਂ ਮੈਂ ਸਟਾਰਟ ਕੀਤਾ ਕੰਮ ਆਮ ਤੋ ਹੀ ਲਈ ਗਿਆ ਉਹ ਰੇਟ ਚੱਲਦਾ ਹੁੰਦੀ ਆਮ ਪਬਲਿਕ ਵਾਲਾ ਜਿਹੜਾ ਚੱਲਦਾ ਦੀ ਮੈਂ ਉਹੀ ਰੇਟ ਲਈ ਗਿਆ ਜਿਹੜਾ ਦੁਕਾਨਾਂ ਦਾ ਹੋਟਲਾਂ ਦਾ ਰੇਟ ਹੁੰਦਾ ਉਹ ਵੱਖਰਾ ਹੁੰਦਾ ਹੈ ਅਲੱਗ-ਅਲੱਗ ਚੀਜ਼ਾਂ ਨੇ ਮਤਲਬ ਅਲੱਗ-ਅਲੱਗ ਉਹ ਹੈ ਹੁਣ ਫਿਸ਼ ਆ ਗਈ ਬਾਈ ਮੈਂ ਤੁਹਾਨੂੰ ਖੈਰ ਕੈਮਰੇ ਜਿਹਾ ਕਹਿੰਦਾ ਚੰਗੀਆਂ ਨਹੀਂ ਲੱਗਦਾ ਗੱਲਾਂ ਲੋਕ ਤਿੱਲੀ ਵੇਚਦੇ ਨੇ ਜ਼ਿਆਦਾ ਜਿਹੜੀ ਵਾਈਟ ਫਿਸ਼ ਖਾਣੇ ਹੋ ਤੁਸੀਂ ਵਾਈਟ ਫਿਸ਼ ਲੋਕ ਤਿੱਲੀ ਵੇਚਦੇ ਨੇ 100-150 ਰੁਪਏ ਕਿਲੋ ਆਮ ਮਿਲ ਜਾਂਦੀ ਆ ਉਹ ਪਰ ਜਿਹੜੀ ਬਾਦਸ਼ਾਹ ਵਾਈਟ ਪਿਆਰ ਹੈ ਨਾ ਬੇਤਰਾਮ ਤੋਂ ਆਉਂਦੀ ਹੈ 685-680 ਰੁਪਏ ਕਿਲੋ ਮਿਲਦੀ ਆ ਉਹ ਫਿਰ ਜਿਹੜੀ ਮੰਗੂਰ ਹੈ ਜਿਹੜੀ ਅਗਲਾ ਸੰਘਾੜਾ ਕਹਿ ਕੇ ਵੇਚਦੇ ਨੇ ਉਹ ਮੰਗੂਰਾ ਮੱਚੀ ਵੇਚਦੇ ਨੇ ਭਾਈ ਜਿਹੜੀ ਆਪਣੇ ਪਿੰਡਾਂ ਦੇ ਟੋਬਿਆਂ 'ਚ ਹੁੰਦੀ ਆ ਤਸੀਂ ਤਸਵੀਰਾਂ 'ਚ ਗਾਲਾਂ ਵੀ ਕੱਢਦੇ ਨਜ਼ਰ ਆ ਰਹੇ ਬਾਈ ਗਾਲਾਂ ਕੱਢੋ ਨਹੀਂ ਜਦੋਂ ਗਲਤ ਕੰਮ ਕਰਦੇ ਨੇ ਯਾਰ ਮੈਂ ਐ ਨਹੀਂ ਕਹਿੰਦਾ ਵੀ ਇਹਨੂੰ ਨਾਮ ਲੈ ਕੇ ਤੇ ਨਹੀਂ ਕਿਸਦੀ ਕੱਢਦਾ ਜਿਹੜਾ ਗਲਤ ਕਰਦਾ ਉਹ ਆਪੀ ਬਦਲਾ ਲੈ ਜਾਂਦਾ ਮੈਂ ਗਲਤ ਕਰਦਾ ਉਹ ਆਪੀ ਸੋਚੂਗਾ ਯਾਰ ਮੈਨੂੰ ਵਾਲ ਕੱਢੀ ਹੋ ਜਿਹੜਾ ਸਹੀ ਕਰ ਰਿਹਾ ਉਹ ਥੋੜੀ ਸੋਚੂਗਾ ਗਲਤ ਨੂੰ ਕਹਿ ਰਿਹਾ ਨਾ ਗਲਤ ਨਾ ਕਰੋ ਯਾਰ ਵਧੀਆ ਕੰਮ ਕਰੋ ਯਾਰ ਪੰਜਾਬੀ ਬੰਦੇ ਆ ਵਧੀਆ ਕੰਮ ਕਰੋ ਵਧੀਆ ਕੰਮ ਕਰੋਗੇ ਜ਼ਿੰਦਗੀ ਵਿੱਚ ਸਫਲਤਾ ਮਿਲੂ ਜਿਵੇਂ ਮੈਨੂੰ ਮਿਲੀ ਐ ਸਫਲਤਾ ਵੀ ਸਭ ਨੂੰ ਮਿਲੇ ਸਾਰੇ ਕਾਮਯਾਬ ਹੋਣ ਖੁੱਲੀ ਚੇਤਾਵਨੀ ਐ ਸੱਗੂ ਬਾਈ ਕਰੰਚੀ ਚਿਕਨ ਵਾਲੇ ਦੀ KFC ਯਾਰ ਮੇਰੀ ਹਿੱਕ ਥਾਪੜ ਕੇ ਚੇਤਾਵਨੀਆਂ ਪੂਰੀ ਲ ਮੈਂ ਕੈਮਰੇ 'ਚ ਕਹਿਣਾ ਬਾਈ ਅੱਖਾਂ ਚ ਅੱਖਾਂ ਪਾ ਕੇ KFC ਵਾਲੇ ਇੱਕ ਪਾਸੇ ਰੱਖ ਲੋ ਮੇਰੇ ਵਾਲਾ ਇੱਕ ਪਾਸੇ ਰੱਖ ਲੋ ਬਣਾਵਾਂਗੇ ਚਲੋ ਸਾਹਮਣੇ ਬਣਾਵਾਂਗੇ ਬੰਦੇ ਬੁਲਾ ਲਿਓ ਇੱਥੇ ਤੁਰੇ ਜਾਂਦੀ ਜਾ ਉਰੇ ਆਏ ਖਾਣ ਜਾਂ ਕਿ ਤੂੰ ਹੋਰ ਅਗਲਾ ਕੂਗਾ ਪਤਾ ਨਹੀਂ ਇਹਨੇ ਬੁਲਾਏ ਨੇ ਤੁਰੇ ਜਾਂਦੇ ਬੰਦੇ ਬੁਲਾ ਲਿਓ ਜਿਹੜੇ ਬੰਦੇ ਦਾ ਵੱੱਧ ਖਾਦਾ ਗਿਆ ਹਾਜਮ ਪਹਿਲਾਂ ਹੋ ਗਿਆ ਜਿਹੜਾ ਬੰਦਾ ਜਿਹੜਾ ਸਹੀ ਹੋਊਗਾ ਵੱੱਧ ਉਹ ਹੀ ਖਾਊਗਾ ਜਿਹੜਾ ਬੰਦਾ ਜਿਹਦੇ ਬੰਦੇ ਦਾ ਵੱੱਧ ਖਾ ਗੇ ਉਹ ਜਿੱਤ ਗਿਆ ਲਓ ਮਸਾਲਾ ਦੱਸੋਗੇ ਫਿਰ ਆਪਦਾ ਜਿਹੜਾ ਰਾਜ ਨਹੀਂ ਭਾਈ ਰਾਜ ਤਾਂ ਨਹੀਂ ਦੇਖੋ ਕੋਈ ਦੱਸ ਸਕਦਾ ਮੇਰੀ ਰੋਜੀ ਰੋਟੀ ਦੇਵੇਂ ਕਿਸੇ ਦੱਸ ਸਕਦਾ ਮੈਂ ਰੈਸਪੀ ਦੱਸ ਦਾਂ ਹੁਣ ਪਰ ਹੁਣ ਛੋਟੇ ਕੋਲ ਸਮਾਂ ਨਹੀਂ ਹੋਣਾ ਇੱਕ ਚਿਕਨ ਦੱਸ ਦਾਂ ਜੇ ਮੈਂ ਕਹਾਂ ਤਾਂ ਮੈਂ ਦੱਸ ਦਾਂ ਘਰੇ ਬਣਾ ਕੇ ਖਾ ਲਓ ਦਹੀਂ ਜੀ ਜੇ ਕਹੂੰ ਤਾਂ ਮੈਂ 2 1 ਕਿਲੋ ਦਹੀਂ ਲੈ ਲਓ 1 ਕਿਲੋ ਦਹੀਂ ਲੈਣਾ ਇੱਕ ਉਹਨੂੰ ਧੋ ਲਓ ਧੋ ਕੇ ਨਚੋੜ ਕੇ ਉਤੇ ਇੱਕ ਹਲਦੀ ਦਾ ਚਮਚਾ ਘਰਦੀ ਦਾ ਇੱਕ ਕਾਲੀ ਮਿਰਚ ਦਾ ਚਮਚਾ ਇੱਕ ਕਾਲੇ ਨਮਕ ਦਾ ਚਮਚਾ 200 ਗ੍ਰਾਮ ਦਹੀਂ ਉਹਨੂੰ ਮੈਲਟ ਕਰਕੇ 10 ਮਿੰਟ ਫ੍ਰਿਜ ਦੇ ਡੀ ਫ੍ਰੀਜ ਚਾ ਲਾ ਦਿਓ ਉੱਪਰ ਜਿੱਥੇ ਬਰਫ਼ ਜਾਂਦੀ ਹੈ ਉਦੋਂ ਬਾਅਦ ਦੋ ਚਮਚੇ ਦੇਸੀ ਘਿਓ ਦੇ ਕੜਾਹੀ 'ਚ ਜਾਂ ਸਰੋਂ ਦਾ ਤੇਲ ਆ ਉਦੋਂ ਬਾਅਦ ਉਹ ਮਸਾਲਾ ਮਤਲਬ ਜਿਹੜਾ ਬਣਾਇਆ ਤੁਸੀਂ ਮਟੀਰੀਅਲ ਉਹਦੇ ਵਿੱਚ ਪਾ ਦਿਓ ਹੋਰ ਕੁਝ ਨਹੀਂ ਪਾਉਣਾ ਉਹ 2 ਮਿੰਟ ਪਾਣੀ ਛੱਡ ਦੂਗਾ 7-8 ਮਿੰਟਾਂ ਚ ਬਣ ਜੂ ਨਾਲ ਚੰਬੜ ਜੂ ਸਾਰਾ ਕੁਝ ਖਾ ਲਓ ਬਾਈ ਨਾਲ ਦੀ ਨਾਲ ਢ ਘਾਰ ਫੇਰ ਤਾਂ ਕਰ ਕਰ ਕਰਾਂਚੀ ਚਿਕਨ ਦੇ ਸ਼ੈਫ ਬਣ ਜਾਣਗੇ ਬਾਈ ਕਰਾਂਚੀ ਚਿਕਨ ਨਹੀਂ ਦੱਸ ਸਕਦਾ ਜਿਹੜੀ ਆ ਚੀਜ਼ ਦਸੀ ਆ ਹਾਜਮੇਦਾਰ ਦਸੀ ਆ ਵਧੀਆ ਬਣਾ ਕੇ ਖਾਓ ਘਰ ਦਾ ਖਾਓ ਮੈਂ ਵੀ ਕਹਣਾ ਮੇਰੇ ਕੋਲ ਯਾਰ ਘੱਟ ਖਾ ਕੋਈ ਗੱਲ ਨਹੀਂ ਪਰ ਚੀਜ਼ ਵਧੀਆ ਦਿੰਦਾ ਇਹ ਨਹੀਂ ਹੈਗਾ ਮਾੜੀ ਚੀਜ਼ ਦਊਗਾ ਆਪਦੇ ਘਰੇ ਹੀ ਬਣਾ ਕੇ ਤੁਸੀਂ ਖਾ ਸਕਦੇ ਹੋ ਜੇ ਵਧੀਆ ਚੀਜ਼ ਬਣਾਉਣੀ ਹੈ ਵਧੀਆ ਚੀਜ਼ ਖਾਓ ਗੰਦਨਾ ਖਾਓ ਗਰਦਨਾ ਪਾਈ ਜਾਂਦੇ ਨੇ ਸਿਛੜੇ ਪਾਈ ਜਾਂਦੇ ਨੇ ਓਟਾ ਕਲੇਜੀ ਪਾਈ ਓ ਫਾਇਦਾ ਨਹੀਂ ਕੋਈ ਯਾਰ ਵਧੀਆ ਕੰਮ ਕਰੋ ਵਧੀਆ ਕਰਕੇ ਖਾਓ ਚੰਗਾ ਖਾਓ ਦੁਨੀਆ ਥੋੜੇ ਕੋਲੇ ਆਪੀ ਦੁਨੀਆ ਖਾਣ ਆਊਗੀ ਜੇ ਥੋੜਾ ਚੰਗਾ ਕੰਮ ਹੈ ਜੀ 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 ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੱਗੂ ਬਾਈ ਨੂੰ ਬਾਈ ਬਾਈ ਕਹਿੰਦੀ ਦੁਨੀਆ ਬੜਾ ਨਾਮ ਸੁਣਾਊਗਾ ਕਰਾਂਚੀ ਜਿਕਨ ਪਰ ਕੌਣ ਹੈ ਉਸ ਨੂੰ ਨਾਮ ਦੇਣ ਵਾਲਾ ਸੱਗੂ ਬਾਈ ਤੁਹਾਡੇ ਨਾਲ ਮੁਲਾਕਾਤ ਵੀ ਕਰਾਈ ਹੈ ਅਤੇ ਇੱਕ ਛੋਟੇ ਲੈਵਲ ਤੋਂ ਉੱਠ ਕੇ ਅੱਜ ਜੇਕਰ ਇੱਕ ਨਾਮ ਬਣ ਗਿਆ ਤਾਂ ਫਰੋਤੀ ਦੀਆਂ ਕੋਲਾਂ ਵੀ ਆਣੀਆਂ ਸ਼ੁਰੀਆਂ ਹੋ ਸ਼ੁਰੂ ਹੋ ਗਈਆਂ ਤੁਹਾਨੂੰ ਮਲਾਏ ਨੇ ਸੱਗੂ ਭਾਈ ਹੋਰ ਵੀ ਜਈਆਂ ਸਟੋਰੀਆਂ ਦੇ ਵਾਰਤਾਲਾਪ ਕਰਾਉਂਦੇ ਰਹਿਣਗੇ ਤਦ ਤੱਕ ਦੀ ਇਜਾਜ਼ਤ ਮੈਂ ਰਸ਼ਪਿੰਦਰ ਸਿੰਘ ਤਨਵਾਦ